प्यारे विद्यार्थियों, स्वागत है तुहाडा मेरे YouTube चैनल साहित्यिक जानकारी ते। अज दी इस वीडियो विच आपां प्रोफेसर रजिंद्रपाल सिंह बराड़ दे लेख पंजाबी सभ्याचारक परिवर्तन बारे पढ़ांगे। ਪੰਜਾਬੀ ਸੱਭਿਆਚਾਰਕ ਪਰਿਵਰਤਨ ਲੇਖਕ ਹੈਗੇ ਦੇਖੋ ਇਸ ਲੇਖ ਦੇ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ। ਸਭ ਤੋਂ ਪਹਿਲਾਂ ਸੱਭਿਆਚਾਰ ਦੀ ਪਰਿਵਰਤਨਸ਼ੀਲਤਾ ਬਾਰੇ ਆਪਾਂ ਪੜ੍ਹਾਂਗੇ। ਸੱਭਿਆਚਾਰ ਇੱਕ ਜੀਵਨ ਜਾਂਚ ਹੈ ਜਿਸ ਦੇ ਆਧਾਰ ਪੈਦਾਵਾਰੀ ਸਾਧਨਾਂ ਸ਼ਕਤੀਆਂ ਅਤੇ ਤਕਨੀਕ ਦੇ ਬਦਲ ਜਾਣ ਨਾਲ ਸੱਭਿਆਚਾਰ ਵੀ ਬਦਲ ਜਾਂਦਾ ਅਤੇ ਕਈ ਵਾਰ ਇਹ ਦੂਜੇ ਸੱਭਿਆਚਾਰਾਂ ਦੇ ਪ੍ਰਭਾਵ ਹੇਠ ਵੀ ਬਦਲ ਜਾਂਦਾ ਹੈ। ਸੱਭਿਆਚਾਰ ਦਾ ਮਨੁੱਖੀ ਇਤਿਹਾਸ ਦੇ ਨਾਲ ਡੂੰਘਾ ਸੰਬੰਧ ਹੈ ਅਤੇ ਇਸ ਦੀਆਂ ਪਰੰਪਰਾਵਾਂ ਬਣਨ ਵਿੱਚ ਸਦੀਆਂ ਲੱਗ ਜਾਂਦੀਆਂ ਅਤੇ ਹਰ ਸੱਭਿਆਚਾਰ ਸਮੇਂ ਦੇ ਨਾਲ ਨਾਲ ਵੇਲਾ ਵਿਹਾ ਚੁੱਕੇ ਰਸਮਾਂ ਰਿਵਾਜਾਂ, ਵੇਲਾ ਵਿਹਾ ਚੁੱਕੇ ਦਾ ਮਤਲਬ ਜਿਹੜਾ ਟਾਈਮ ਲੰਘ ਗਿਆ, ਠੀਕ ਹੈ, ਉਹੋ ਜਿਹੇ ਰਸਮਾਂ ਰਿਵਾਜਾਂ, ਵਿਸ਼ਵਾਸਾਂ, ਕਦਰਾਂ ਕੀਮਤਾਂ, ਸੋਝ ਸਵਾਦ ਅਤੇ ਕੰਮਾਂ ਕਾਰਾਂ ਦਾ ਤਿਆਗ ਕਰਕੇ ਲੋੜ ਅਨੁਸਾਰ ਨਵੀਆਂ ਕਦਰਾਂ ਕੀਮਤਾਂ ਨੂੰ ਉਸਾਰਦਾ ਹੋਇਆ ਨਵੀਆਂ ਕਲਾਵਾਂ ਦੀ ਸਿਰਜਣਾ ਕਰਦਾ ਰਹਿੰਦਾ ਹੈ ਅਤੇ ਇਹ ਸਭ ਕੁਝ ਬੜੇ ਸਹਿਜ ਰੂਪ ਵਿੱਚ ਵਾਪਰਦਾ। ਪਰ ਆਧੁਨਿਕ ਯੁੱਗ ਵਿੱਚ ਨਵੀਂ ਤਕਨੀਕ ਦੇ ਤੇਜ਼ ਆਵਾਜਾਈ ਅਤੇ ਸੰਚਾਰ ਸਾਧਨਾਂ ਦੇ ਕਰਕੇ ਇਹ ਸੱਭਿਆਚਾਰ ਵੀ ਹੈ ਜਿਹੜਾ ਉਹ ਤੇਜ਼ੀ ਦੇ ਨਾਲ ਬਦਲ ਰਿਹਾ ਅਤੇ ਇਸ ਤਬਦੀਲੀ ਨੂੰ ਕੁਝ ਲੋਕ ਨਕਾਰਾਤਮਕ ਅਤੇ ਕੁਝ ਸਕਾਰਾਤਮਕ ਕਰਾਰ ਦੇ ਰਹੇ ਆ। ਨਕਾਰਾਤਮਕ ਦੇਖੋ, ਕਈ ਲੋਕ ਇਹਨੂੰ ਨੈਗੇਟਿਵ ਹਿਸਾਬ ਨਾਲ ਦੇਖ ਲੈਂਦੇ ਆ ਅਤੇ ਕਈ ਇਹਨੂੰ ਪੋਜ਼ਿਟਿਵ ਹਿਸਾਬ ਦੇ ਨਾਲ ਦੇਖਦੇ ਆ। ਪਰ ਪਹਿਲੇ ਵਿਚਾਰ ਦੇ ਜਿਹੜੇ ਧਾਰਨੀ ਸਾਰੇ ਹੀ ਪੁਰਾਣੇ ਸੱਭਿਆਚਾਰ ਨੂੰ ਵਿੜਾਉਂਦੇ ਆ ਕਿਉਂਕਿ ਉਹ ਕਹਿੰਦੇ ਵੀ ਜਿਹੜਾ ਪੁਰਾਣਾ ਸੱਭਿਆਚਾਰ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਅਤੇ ਅਜੋਕੇ ਨੂੰ ਛੁਟਿਆਉਂਦੇ ਆ, ਯਾਨੀ ਅੱਜ ਦੇ ਨੂੰ ਜਿਹੜਾ ਉਹ ਵਧੀਆ ਨਹੀਂ ਸਮਝਦੇ ਅਤੇ ਦੂਜੇ ਵਿਚਾਰ ਦੇ ਧਾਰਨੀ ਜਿਹੜੇ ਉਹ ਕਈ ਵਾਰ ਆਪਣੇ ਵਿਰਸੇ ਨੂੰ ਵੀ ਭੁੱਲ ਜਾਂਦੇ ਆ। ਅਤੇ ਇਸੇ ਤਰ੍ਹਾਂ ਹੀ ਅੱਗੇ ਦੇਖੋ, ਜਗੀਰਦਾਰੀ ਪ੍ਰਬੰਧ ਵਿੱਚ ਮਰਦ ਦਾ ਮਹੱਤਵ ਜਿਹੜਾ ਪਹਿਲਾਂ ਹੁੰਦਾ ਸੀ ਜਗੀਰਦਾਰੀ ਪ੍ਰਬੰਧ ਦੇ ਵਿੱਚ, ਜਿਵੇਂ ਖੇਤੀਬਾੜੀ ਆਧਾਰਿਤ ਜਗੀਰਦਾਰੀ ਪ੍ਰਬੰਧ ਸੀ ਜਿਹੜਾ ਉਹ ਮਰਦ ਪ੍ਰਧਾਨ ਹੁੰਦਾ ਸੀ, ਠੀਕ ਹੈ, ਅਤੇ ਪੁਰਾਣੇ ਪੰਜਾਬੀ ਸੱਭਿਆਚਾਰ ਦਾ ਸਾਰਾ ਹੀ ਕਾਰ ਵਿਹਾਰ, ਰੰਗ ਢੰਗ ਅਤੇ ਗੀਤ ਸੰਗੀਤ ਕੁੜੀਆਂ ਨੂੰ ਦਬਾਉਣ ਅਤੇ ਮੁੰਡਿਆਂ ਨੂੰ ਉਚਿਆਉਣ ਵਾਲਾ ਸੀ। ਕੁੜੀਆਂ ਨੂੰ ਦਬਾਉਣ ਜਾਣੀ ਕੁੜੀਆਂ ਨੂੰ ਨਹੀਂ ਸੀ ਵਧੀਆ ਸਮਝਿਆ ਜਾਂਦਾ ਅਤੇ ਮੁੰਡਿਆਂ ਨੂੰ ਉੱਚਾ ਚੁੱਕਣ ਵਾਲਾ ਹੁੰਦਾ ਸੀ ਵੀ ਮੁੰਡੇ ਜ਼ਿਆਦਾ ਵਧੀਆ ਹੁੰਦੇ ਆ, ਠੀਕ ਹੈ, ਇਸ ਤਰ੍ਹਾਂ ਦਾ ਸੀਗਾ ਜਗੀਰਦਾਰੀ ਪ੍ਰਬੰਧ ਅਤੇ ਉੱਥੇ ਮਰਦ ਦਾ ਮਹੱਤਵ ਦਿੱਤਾ ਜਾਂਦਾ ਸੀ। ਅੱਗੇ ਦੇਖੋ ਪਹਿਰਾਵੇ ਵਿੱਚ ਤਬਦੀਲੀ, ਸਾਨੂੰ ਪਤਾ ਹੀ ਹੈ ਵੀ ਜਿਹੜੇ ਹਿਸਾਬ ਦਾ ਪਹਿਰਾਵਾ ਪਹਿਲਾਂ ਹੁੰਦਾ ਸੀ ਉਸ ਹਿਸਾਬ ਦਾ ਹੁਣ ਅੱਜ ਕੱਲ੍ਹ ਨਹੀਂ ਹੈਗਾ ਅਤੇ ਜਿਹੜੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਉਹ ਪੜ੍ਹ ਲਿਖ ਕੇ ਨੌਕਰੀ ਕਰਨ ਲੱਗੀਆਂ ਅਤੇ ਘੁੰਡ ਕੱਢਣਾ ਤਾਂ ਉਹਨਾਂ ਨੇ ਛੱਡ ਹੀ ਦਿੱਤਾ। ਪਰ ਉਹ ਹੌਲੀ ਹੌਲੀ ਰਵਾਇਤੀ ਪੰਜਾਬੀ ਪਹਿਰਾਵਾ ਜਿਵੇਂ ਘੱਗਰਾ, ਕੁੜਤੀ ਅਤੇ ਚਾਦਰ ਦੀ ਥਾਂ ਸਲਵਾਰ ਕਮੀਜ਼ ਅਤੇ ਚੁੰਨੀ ਪਹਿਨਣ ਲੱਗ ਪਈਆਂ ਅਤੇ ਉਸ ਤੋਂ ਬਾਅਦ ਜਦੋਂ ਪੱਛਮੀ ਪਹਿਰਾਵਾ ਆ ਗਿਆ ਅਤੇ ਉਹਦੇ ਹਿਸਾਬ ਦੇ ਨਾਲ ਦੇਖੋ ਉਹਨਾਂ ਨੇ ਜੀਨ ਟੌਪ, ਸਕਰਟ ਟੌਪ ਇਹੋ ਜਿਹਾ ਕੁਛ ਪਹਿਨਣ ਲੱਗ ਗਈਆਂ ਅਤੇ ਇਹ ਕੇਵਲ ਪਹਿਰਾਵੇ ਦੀ ਤਬਦੀਲੀ ਹੀ ਨਹੀਂ, ਸਾਡੇ ਵਿਚਾਰਾਂ ਵਿੱਚ ਵੀ ਤਬਦੀਲੀ ਆ ਗਈ, ਠੀਕ ਹੈ। ਇਹਦੇ ਨਾਲ ਪਹਿਰਾਵਾ ਜਿਹੜਾ ਉਹ ਬੇਸ਼ੱਕ ਨਿੱਜੀ ਮਾਮਲਾ ਹੈ, ਪਰੰਤੂ ਫਿਰ ਇਹ ਆਸ ਨਹੀਂ ਕੀਤੀ ਜਾਂਦੀ ਕਿ ਜਨਤਕ ਥਾਵਾਂ ਉੱਤੇ ਕੋਈ ਅੱਧ ਨੰਗਾ ਭੜਕਾਊ ਪਹਿਰਾਵਾ ਪਹਿਨੇ। ਵਿਦਿਆਰਥੀ ਜੀਵਨ ਸਮੇਂ ਅਤੇ ਕੁਝ ਆਮ ਘਰਾਂ ਵਿੱਚ ਸੌਖੇ ਰਹਿਣ ਲਈ ਕੈਪਰੀਆਂ, ਹਾਫ ਪੈਂਟ, ਸਕਰਟਾਂ ਵੀ ਪਾਈਆਂ ਜਾਂਦੀਆਂ, ਪਰ ਸਾਨੂੰ ਜਿੱਥੇ ਨਵੀਂ ਪੀੜ੍ਹੀ ਦੀ ਇਸ ਪਹਿਰਾਵਾ ਤਬਦੀਲੀ ਨੂੰ ਪ੍ਰਵਾਨ ਕਰਨ ਦੀ ਜ਼ਰੂਰਤ ਹੈ ਉੱਥੇ ਰਵਾਇਤੀ ਪਹਿਰਾਵੇ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ, ਠੀਕ ਹੈ, ਵੀ ਉਹਨੂੰ ਵੀ ਛੱਡਣਾ ਨਹੀਂ ਚਾਹੀਦਾ, ਪਰੰਤੂ ਰਵਾਇਤੀ ਪਹਿਰਾਵੇ ਦੇ ਨਾਂ ਹੇਠ ਕਿਸੇ ਜੀਵਨ ਹੱਕ ਉੱਤੇ ਰੋਕ ਲਾਉਣੀ ਵੀ ਗਲਤ ਹੈ। ਅਤੇ ਇਸੇ ਤਰ੍ਹਾਂ ਇਹ ਗੱਲ ਸਿਰਫ ਇਕੱਲੀਆਂ ਕੁੜੀਆਂ ਦੇ ਵਿੱਚ ਨਹੀਂ ਆਉਂਦੀ, ਇਹ ਮੁੰਡਿਆਂ ਦੇ ਵਿੱਚ ਵੀ ਲਾਗੂ ਹੋਈ ਹੈ, ਉਹਨਾਂ ਦੇ ਵਿੱਚ ਵੀ ਕੀ ਹੈ ਬਹੁਤ ਜ਼ਿਆਦਾ ਤਬਦੀਲੀਆਂ ਆਈਆਂ, ਜਿਵੇਂ ਬਾਜ਼ਾਰ ਦੇ ਵਿੱਚ ਵਿਦੇਸ਼ੀ ਰੈਡੀਮੇਡ ਕੱਪੜਿਆਂ ਦੀ ਭਰਮਾਰ ਹੈ ਪਰ ਪੰਜਾਬੀ ਕੱਪੜੇ ਘੱਟ ਮਿਲਦੇ ਆ ਅਤੇ ਸਾਡੇ ਪੁਸ਼ਾਕ ਨਿਰਮਾਤਿਆਂ ਨੂੰ ਸਾਡੇ ਸਹੁਜ ਸਵਾਦਾਂ ਅਨੁਸਾਰ ਚੰਗੀਆਂ ਦੇਸੀ ਪੁਸ਼ਾਕਾਂ ਜਿਹੜੀਆਂ ਉਹ ਬਾਜ਼ਾਰ ਵਿੱਚ ਲਿਆਉਣੀਆਂ ਚਾਹੀਦੀਆਂ। ਅਤੇ ਵੱਡੀ ਜ਼ਿੰਮੇਵਾਰੀ ਅੱਜ ਫਿਲਮੀ ਸਿਤਾਰਿਆਂ ਦੀ ਹੈ, ਵੱਡੇ ਖਿਡਾਰੀਆਂ ਅਤੇ ਕਲਾਕਾਰਾਂ ਦੇ ਨਾਲ ਨਾਲ ਕਾਰਖਾਨੇਦਾਰਾਂ ਦੀ ਵੀ ਬਣਦੀ ਹੈ ਇਹ ਕਿ ਉਹ ਖੁਦ ਕੀ ਪਹਿਨਦੇ ਆ ਅਤੇ ਕਿਸੇ ਨੂੰ ਕਿਸ ਤਰ੍ਹਾਂ ਉਤਸ਼ਾਹਿਤ ਕਰਦੇ ਆ, ਠੀਕ ਹੈ, ਇਹ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ। ਅਤੇ ਪਹਿਰਾਵੇ ਦੇ ਨਾਲ ਨਾਲ ਅੱਗੇ ਖਾਣ ਪੀਣ ਦੇ ਵਿੱਚ ਤਬਦੀਲੀ ਆਈ ਹੈ, ਜਿਹੜੀ ਦੇਖੋ ਖਾਣ ਪੀਣ ਦੇ ਵਿੱਚ ਵੀ ਦੇਖੋ ਕੁਝ ਦਹਾਕਿਆਂ ਵਿੱਚ ਖਾਣ ਪੀਣ ਦੇ ਵਿੱਚ ਬਹੁਤ ਹੀ ਜ਼ਿਆਦਾ ਭਾਰੀ ਤਬਦੀਲੀ ਆਈ ਹੈ, ਠੀਕ ਹੈ। ਇਹ ਭਾਰੀ ਤਬਦੀਲੀ ਦੇ ਵਿੱਚ ਦੇਖੋ ਜਿਵੇਂ ਪੰਜਾਬ ਦੇ ਜਿਹੜੇ ਰਵਾਇਤੀ ਖਾਣੇ ਸੀਗੇ ਜਿਹੜੇ ਜਿਵੇਂ ਦਾਲ, ਸਬਜ਼ੀ, ਸਾਗ, ਰੋਟੀ, ਖੀਰ, ਕੜਾਹ, ਮਿੱਠੇ ਚੌਲ, ਲੱਡੂ, ਜਲੇਬੀਆਂ, ਸ਼ਕਰਪਾਰੇ, ਲੱਸੀ, ਸ਼ਿਕੰਜਵੀ, ਠੀਕ ਹੈ, ਇਹਨਾਂ ਸਾਰੀਆਂ ਥਾਂ ਦੇ ਵਿੱਚ ਜਿਵੇਂ ਠੰਡਿਆਈ ਦੀ ਥਾਂ ਹੁਣ ਇਹਨਾਂ ਸਾਰੀਆਂ ਥਾਵਾਂ ਦੇ ਵਿੱਚ ਕਿਹਨੇ ਲੈ ਲਈ ਪੀਜ਼ਾ, ਬਰਗਰ, ਹੌਟ ਡੌਗ, ਚੌਕਲੇਟ, ਟੌਫੀਆਂ, ਕੋਲਡ ਡਰਿੰਕਸ, ਇਹਨਾਂ ਚੀਜ਼ਾਂ ਦੀ ਵਰਤੋਂ ਹੈ ਜਿਹੜੀ ਉਹ ਵੱਧ ਗਈ, ਹੈ ਨਾ। ਇਸੇ ਤਰ੍ਹਾਂ ਹੀ ਦੇਖੋ ਹੁਣ ਪੰਜਾਬ ਵਿੱਚ ਅਲੱਗ ਅਲੱਗ ਸੱਭਿਆਚਾਰ ਦੇ ਵਿੱਚੋਂ ਅਲੱਗ ਅਲੱਗ ਤਰੀਕੇ ਸਾਨੂੰ ਮਿਲੇ ਹੈ, ਜਿਵੇਂ ਮਾਸ ਪਕਾਉਣ ਦੇ ਤਰੀਕੇ ਮੁਗਲਾਂ ਤੋਂ ਆਏ ਹੈ ਅਤੇ ਰਸਗੁੱਲਾ ਬਣਾਉਣ ਦੇ ਬੰਗਾਲ ਤੋਂ, ਅਤੇ ਢੋਕਲਾ ਬਣਾਇਆ ਦੇਖੋ ਗੁਜਰਾਤ ਤੋਂ ਬਣਾਉਣ ਲੱਗਿਆਂ ਸੀ ਦੇਖ ਕੇ, ਡੋਸਾ, ਸਾਂਬਰ, ਇਡਲੀ ਇਹ ਦੱਖਣ ਤੋਂ ਆਈ ਹੈ।
ਪਰੰਤੂ ਇਹ ਇੱਕ ਵਿਗਿਆਨਿਕ ਸੱਚ ਹੈ ਕਿ ਹਰ ਇਲਾਕੇ ਵਿੱਚ ਪੈਦਾ ਹੋਣ ਵਾਲੀ ਖਾਸ ਖੁਰਾਕ ਤੇ ਉਸ ਨੂੰ ਬਣਾਉਣ ਦੇ ਢੰਗ ਉੱਥੋਂ ਦੇ ਵਾਤਾਵਰਨ ਅਨੁਸਾਰ ਹੀ ਢਲਿਆ ਹੁੰਦਾ। ਉੱਥੋਂ ਦੇ ਬਣਾਉਣ ਦਾ ਢੰਗ ਵੀ ਦੇਖੋ ਉਸੇ ਹਿਸਾਬ ਦਾ ਹੁੰਦਾ ਜਿਹੋ ਜਿਹੇ ਵਾਤਾਵਰਨ ਦੇ ਵਿੱਚ ਅਸੀਂ ਰਹਿੰਦੇ ਹਾਂ। ਪਰ ਜਿਹੜੇ ਸਾਡੇ ਰਵਾਇਤੀ ਖਾਣੇ ਆ ਉਹ ਖੁਰਾਕੀ ਤੱਤਾਂ ਦੇ ਮੁਕਾਬਲੇ ਵਿੱਚ ਚੰਗੇ ਅਤੇ ਸਸਤੇ ਆ, ਜਦਕਿ ਜਿਹੜੇ ਨਵੇਂ ਖਾਣੇ ਉਹ ਮਹਿੰਗੇ ਵੀ ਆ, ਸਿਹਤ ਦੇ ਲਈ ਮਾੜੇ ਵੀ ਹੈ। ਪਰ ਫਿਰ ਵੀ ਨਵੇਂ ਖਾਣਿਆਂ ਦੇ ਜਿਵੇਂ ਹੁਣ ਡੱਬਾ ਬੰਦ ਹੋਣ ਕਰਕੇ ਇਹਨਾਂ ਦੀ ਸੰਭਾਲ ਲਈ ਇਹਨਾਂ ਵਿੱਚ ਅਜਿਹੇ ਤੱਤ ਮਿਲਾਏ ਹੁੰਦੇ ਆ ਜੋ ਸਿਹਤ ਲਈ ਚੰਗੇ ਨਹੀਂ ਹੁੰਦੇ। ਇਸ ਕਰਕੇ ਸਾਨੂੰ ਆਪਣੇ ਸੱਭਿਆਚਾਰ ਦੇ ਰਵਾਇਤੀ ਖਾਣਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਅਤੇ ਇਹ ਕੇਵਲ ਪੰਜਾਬੀ ਸੱਭਿਆਚਾਰ ਲਈ ਹੀ ਜ਼ਰੂਰੀ ਨਹੀਂ, ਸਗੋਂ ਸਾਡੇ ਬਾਕੀ ਅਰਥਚਾਰੇ ਲਈ ਵੀ ਜ਼ਰੂਰੀ ਹੈ। ਅੱਗੇ ਦੇਖੋ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ। ਜਿਵੇਂ ਬੀਤੇ ਕੁਝ ਸਮੇਂ ਤੋਂ ਪੰਜਾਬੀ ਭਾਈਚਾਰੇ ਵਿੱਚ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਆ ਜਿਹੜੀ ਉਹ ਬਹੁਤ ਜ਼ਿਆਦਾ ਵੱਧ ਗਈ। ਪਹਿਲਾਂ ਸ਼ਰਾਬ ਸੀ ਜਿਹੜੀ ਦੇਖੋ ਅਮੀਰਾਂ ਦੀ ਅਯਾਸ਼ੀ ਦਾ ਚਿੰਨ੍ਹ ਮੰਨੀ ਜਾਂਦੀ ਸੀ। ਆਮ ਆਦਮੀ ਕਦੇ ਕਦਾਈ ਵਿਆਹ ਸ਼ਾਦੀ ਜਾਂ ਮੇਲੇ ਤਿਉਹਾਰ 'ਤੇ ਹੀ ਇਸ ਦੀ ਵਰਤੋਂ ਕਰਦਾ ਸੀ, ਪਰੰਤੂ ਅੱਜ ਜਿਸ ਤਰ੍ਹਾਂ ਇਸ ਦੀ ਵਰਤੋਂ ਵੱਧ ਗਈ ਹੈ, ਗੀਤ ਸੰਗੀਤ ਰਾਹੀਂ ਇਸ ਨੂੰ ਉਚਾਇਆ ਜਾ ਰਿਹਾ, ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਅਤੇ ਇਹ ਸਾਡੇ ਸੱਭਿਆਚਾਰ ਦਾ ਮਾੜਾ ਪੱਖ ਹੈ ਜਿਸ ਨੂੰ ਸਖ਼ਤੀ ਨਾਲ ਛੱਡਣ ਦੀ ਜ਼ਰੂਰਤ ਹੈ। ਅੱਗੇ ਦੇਖੋ ਛੋਟੇ ਪਰਿਵਾਰਾਂ ਦੀ ਉਪਜ। ਇਹ ਵੀ ਬਹੁਤ ਵੱਡੀ ਤਬਦੀਲੀ ਆਈ ਹੈ ਸਾਡੇ ਸੱਭਿਆਚਾਰ ਦੇ ਵਿੱਚ। ਪਹਿਲਾਂ ਜੁਆਇੰਟ ਫੈਮਿਲੀ ਹੁੰਦੀਆਂ ਸੀਗੀਆਂ ਅਤੇ ਹੁਣ ਅੱਜ ਕੱਲ੍ਹ ਕੀ ਹੈ, ਛੋਟਾ ਪਰਿਵਾਰ ਹੈ ਜਿਹੜਾ ਉਹ ਉਹਨਾਂ ਦੀ ਉਪਜ ਜ਼ਿਆਦਾ ਹੋ ਰਹੀ ਹੈ। ਨੌਕਰੀ ਪੇਸ਼ਾ ਸਮਾਜ ਵਿੱਚ ਆਬਾਦੀ ਦੇ ਵਾਧੇ ਨੂੰ ਠੱਲ ਪਾਉਣ ਲਈ ਛੋਟੇ ਪਰਿਵਾਰਾਂ ਦਾ ਪੈਦਾ ਹੋਣਾ ਸੁਭਾਵਿਕ ਹੈ ਅਤੇ ਸੰਯੁਕਤ ਪਰਿਵਾਰਾਂ ਦੀਆਂ ਆਪਣੀਆਂ ਸਮੱਸਿਆਵਾਂ ਸਨ ਅਤੇ ਉਹਨਾਂ ਵਿੱਚ ਵਿਅਕਤੀਗਤ ਆਜ਼ਾਦੀ ਦੀ ਖੁੱਲ੍ਹ ਨਹੀਂ ਸੀ। ਅਤੇ ਅਜੋਕੇ ਜਿਹੜੇ ਜੋੜਾ ਪਰਿਵਾਰਾਂ ਦੇ ਵਿੱਚ ਵਿਅਕਤੀਗਤ ਆਜ਼ਾਦੀ ਤਾਂ ਹੈ ਪਰੰਤੂ ਦੁੱਖ ਸੁੱਖ ਦੀ ਸਾਂਝ ਨਾ ਮਾਤਰ ਹੀ ਰਹਿ ਗਈ। ਅਤੇ ਨਵੀਂ ਪੀੜ੍ਹੀ ਨੇ ਆਪਣੇ ਸੱਭਿਆਚਾਰ ਸੰਸਕਾਰ ਪੁਰਾਣੀ ਪੀੜ੍ਹੀ ਤੋਂ ਪ੍ਰਾਪਤ ਕਰਨੇ ਹੁੰਦੇ ਆ, ਪਰੰਤੂ ਜੇਕਰ ਘਰ ਵਿੱਚ ਬਜ਼ੁਰਗ ਹੀ ਨਹੀਂ ਤਾਂ ਲੋਕਧਾਰਾ ਦਾ ਖਜ਼ਾਨਾ ਜਿਹੜਾ ਉਹ ਅੱਗੇ ਨਹੀਂ ਤੁਰ ਸਕਦਾ। ਠੀਕ ਹੈ, ਇਸ ਕਰਕੇ ਬੇਸ਼ੱਕ ਬਦਲੇ ਹਾਲਾਤਾਂ ਵਿੱਚ ਸੰਯੁਕਤ ਪਰਿਵਾਰ ਆ ਜਿਹੜੇ ਵੱਡੇ ਪਰਿਵਾਰਾਂ ਦਾ ਰਹਿਣਾ ਸੰਭਵ ਨਹੀਂ, ਪਰੰਤੂ ਘਰ ਵਿੱਚ ਮਾਪਿਆਂ ਨੂੰ ਰੱਖ ਕੇ ਛੋਟੇ ਅਤੇ ਵੱਡੇ ਪਰਿਵਾਰ ਦੇ ਵਿਚਕਾਰਲਾ ਰੂਪ ਹੈ ਜਿਹੜਾ ਉਹ ਕਾਇਮ ਰੱਖਿਆ ਜਾ ਸਕਦਾ ਅਤੇ ਇਸ ਨਾਲ ਮਾਪਿਆਂ ਪ੍ਰਤੀ ਫਰਜ਼ ਵੀ ਅਦਾ ਕੀਤਾ ਜਾ ਸਕਦਾ ਅਤੇ ਬਜ਼ੁਰਗ ਹੈ ਜਿਹੜੇ ਉਹ ਨਵੀਂ ਪੀੜ੍ਹੀ ਦਾ ਰਾਹ ਦਸੇਰਾ ਵੀ ਬਣ ਸਕਦੇ ਆ। ਰਾਹ ਦਸੇਰਾ ਜਿਵੇਂ ਰਾਹ ਦੱਸਣ ਵਾਲੇ, ਨਵੀਂ ਪੀੜ੍ਹੀ ਨੂੰ ਅੱਗੇ ਕੁਛ ਦੱਸਣ ਵਾਲੇ ਵੀ ਬਣ ਸਕਦੇ ਆ। ਅੱਗੇ ਦੇਖੋ ਵਿਦੇਸ਼ ਜਾਣ ਦਾ ਰੁਝਾਨ ਬਹੁਤ ਹੀ ਜ਼ਿਆਦਾ ਸਾਡੇ ਦੇਸ਼ ਦੇ ਵਿੱਚ ਪੈਦਾ ਹੋਇਆ ਵਾ, ਪੰਜਾਬੀਆਂ ਦੇ ਵਿੱਚ ਤਾਂ ਖਾਸ ਕਰ ਦੇਖੋ ਪੰਜਾਬੀਆਂ ਦੇ ਵਿੱਚ ਵਿਦੇਸ਼ ਜਾਣ ਦਾ ਰੁਝਾਨ ਹੈ ਜਿਹੜਾ ਉਹ ਬਹੁਤ ਹੀ ਵੱਧ ਚੁੱਕਿਆ। ਬੇਸ਼ੱਕ ਇਹ ਮਾੜੀ ਗੱਲ ਨਹੀਂ, ਪਰ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਬੰਦਾ ਬਿਨਾਂ ਸੋਚੇ ਸਮਝੇ ਅਤੇ ਬਿਨਾਂ ਕਿਸੇ ਪੜ੍ਹਾਈ ਲਿਖਾਈ ਦੇ ਅੰਨੇ ਲੱਖਾਂ ਰੁਪਏ ਪੱਟ ਕੇ ਗੈਰ ਕਾਨੂੰਨੀ ਢੰਗ ਨਾਲ ਇਹ ਸੋਚ ਕੇ ਵਿਦੇਸ਼ ਨੂੰ ਤੁਰ ਪੈਂਦਾ ਕਿ ਉੱਥੇ ਜਾ ਕੇ ਡਾਲਰ ਅਤੇ ਪੌਂਡ ਦਰੱਖਤਾਂ ਨੂੰ ਲੱਗਦੇ ਆ। ਅਤੇ ਪਰ ਫਿਰ ਕੀ ਹੁੰਦਾ, ਪੰਜਾਬੀ ਲੋਕ ਤਾਂ ਭਾਵੇਂ ਵਿਦੇਸ਼ਾਂ ਵਿੱਚ ਫੈਲ ਰਹੇ ਆ ਪਰੰਤੂ ਪੰਜਾਬੀ ਸੱਭਿਆਚਾਰ ਦੀ ਖੁਸ਼ਬੂ ਨਹੀਂ ਫੈਲ ਰਹੀ। ਗੈਰ ਕਾਨੂੰਨੀ ਢੰਗਾਂ ਅਤੇ ਬਿਨਾਂ ਪੜ੍ਹਾਈ ਲਿਖਾਈ ਤੋਂ ਵਿਦੇਸ਼ ਗਏ ਬੰਦੇ ਆਪਣੀ ਹੋਂਦ ਬਚਾਉਣ ਅਤੇ ਪੱਕੇ ਹੋਣ ਦੀ ਲੜਾਈ ਵਿੱਚ ਹੀ ਜ਼ਿੰਦਗੀ ਗੁਜ਼ਾਰ ਦਿੰਦੇ ਆ। ਅੱਗੇ ਦੇਖੋ ਸੰਚਾਰ ਸਾਧਨਾਂ ਦੀ ਵਰਤੋਂ। ਸੰਚਾਰ ਦੇ ਸਾਧਨ ਸਾਨੂੰ ਪਤਾ ਸਾਰੇ ਜਿਹੜੇ ਸਾਡੇ ਕੋਲ ਹੈਗੇ ਆ, ਠੀਕ ਹੈ। ਸੰਚਾਰ ਦੇ ਸਾਧਨਾਂ ਦੇ ਵਿੱਚ ਦੇਖੋ ਜਿਵੇਂ ਨਵੀਂ ਪੀੜ੍ਹੀ ਆਧੁਨਿਕ ਸੰਚਾਰ ਸਾਧਨਾਂ ਜਿਵੇਂ ਕੰਪਿਊਟਰ, ਇੰਟਰਨੈਟ, ਸੈਟੇਲਾਈਟ ਚੈਨਲ ਅਤੇ ਮੋਬਾਈਲ ਫੋਨ ਦੀ ਖੁੱਲ੍ਹ ਕੇ ਵਰਤੋਂ ਕਰ ਰਹੀ ਹੈ। ਇਹ ਸਾਧਨ ਪੰਜਾਬੀ ਸੱਭਿਆਚਾਰ ਨੂੰ ਬਚਾਉਣ, ਨਵ ਸਿਰਜਣ ਅਤੇ ਦੂਰ ਦੂਰ ਤੱਕ ਫੈਲਾਉਣ ਦੇ ਲਈ ਵਰਤੇ ਜਾਂਦੇ ਆ ਅਤੇ ਪੁਰਾਣੀ ਪੀੜ੍ਹੀ ਇਹਨਾਂ ਦੀ ਨਿੰਦਿਆ ਕਰਕੇ ਇਹਨਾਂ ਤੋਂ ਪਿੱਛਾ ਨਹੀਂ ਛੁਡਾ ਸਕਦੀ ਅਤੇ ਉਸਨੂੰ ਨਵੀਂ ਪੀੜ੍ਹੀ ਦਾ ਹਾਣੀ ਬਣ ਕੇ ਉਸਦੀ ਅਗਵਾਈ ਕਰਨੀ ਚਾਹੀਦੀ ਹੈ। ਨਹੀਂ ਤਾਂ ਛੇਤੀ ਹੀ ਪੰਜਾਬ ਵਿੱਚ ਦੇਖੋ ਪੀੜ੍ਹੀ ਪਾੜਾ ਇੰਨਾ ਵੱਧ ਜਾਵੇਗਾ ਕਿ ਮਾਪੇ ਬੱਚਿਆਂ ਦੀ ਗੱਲ ਸਮਝਣ ਤੋਂ ਅਸਮਰੱਥ ਹੋ ਜਾਣਗੇ। ਇਸ ਕਰਕੇ ਸਾਨੂੰ ਚਾਹੀਦਾ ਵੀ ਅਸੀਂ ਆਪਣੇ ਸੱਭਿਆਚਾਰ ਨੂੰ ਬਚਾਈਏ। ਸੱਭਿਆਚਾਰ ਅਤੇ ਭਾਸ਼ਾ, ਦੇਖੋ ਸੱਭਿਆਚਾਰ ਅਤੇ ਭਾਸ਼ਾ ਦਾ ਬਹੁਤ ਹੀ ਜ਼ਿਆਦਾ ਗੂੜਾ ਸੰਬੰਧ ਹੈ, ਕਿਉਂਕਿ ਸੱਭਿਆਚਾਰ ਲਈ ਭਾਸ਼ਾ ਜਿਹੜੀ ਉਹ ਵਾਹਨ ਹੁੰਦੀ ਹੈ। ਜਿਵੇਂ ਹਰੇਕ ਚੀਜ਼ ਨੂੰ ਚਲਾਉਣ ਦੇ ਲਈ ਸਾਨੂੰ ਵਾਹਨ ਦੀ ਲੋੜ ਹੁੰਦੀ ਹੈ ਨਾ, ਇਸੇ ਤਰ੍ਹਾਂ ਹੀ ਸੱਭਿਆਚਾਰ ਨੂੰ ਚਲਾਉਣ ਲਈ ਜਿਹੜੀ ਭਾਸ਼ਾ ਹੈ ਉਹ ਵਾਹਨ ਦਾ ਕੰਮ ਕਰਦੀ ਹੈ ਅਤੇ ਕਲਾਵਾਂ ਜਿਹੜੀਆਂ ਉਹ ਇਸ ਦਾ ਚਿਹਰਾ। ਜੇਕਰ ਭਾਸ਼ਾ ਬਦਲ ਜਾਵੇ ਤਾਂ ਸੱਭਿਆਚਾਰ ਵੀ ਬਦਲ ਜਾਂਦਾ ਅਤੇ ਇਸੇ ਤਰ੍ਹਾਂ ਹੀ ਅੱਜ ਅੰਗਰੇਜ਼ ਤਾਂ ਭਾਵੇਂ ਚਲੇ ਗਏ ਹਨ ਪਰ ਉਹਨਾਂ ਦੀ ਅੰਗਰੇਜ਼ੀ ਹੈ ਜਿਹੜੀ ਉਹ ਇੱਥੇ ਹੀ ਹੈ, ਠੀਕ ਹੈ। ਅਤੇ ਉਹਨਾਂ ਦੀ ਅੰਗਰੇਜ਼ੀ ਇੱਥੇ ਹੋਣ ਕਰਕੇ ਅੰਗਰੇਜ਼ੀ ਭਾਸ਼ਾ ਸੱਭਿਆਚਾਰਕ ਕਲਾਵਾਂ ਦੀ ਅੰਤਰਰਾਸ਼ਟਰੀ ਮੰਡੀ ਹੈ ਅਤੇ ਜੋ ਆਪਣੀ ਇਸ਼ਤਿਹਾਰਬਾਜ਼ੀ ਅਤੇ ਤਕਨੀਕ ਰਾਹੀਂ ਸਾਰੀ ਦੁਨੀਆ ਦੇ ਸੱਭਿਆਚਾਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਅਤੇ ਜਦੋਂ ਬੱਚਾ ਜਿਹੜਾ ਕੋਈ ਵੀ ਛੋਟਾ ਬੱਚਾ ਅੰਗਰੇਜ਼ੀ ਕਾਰਟੂਨ, ਅੰਗਰੇਜ਼ੀ ਫਿਲਮਾਂ, ਅੰਗਰੇਜ਼ੀ ਗੀਤ ਅਤੇ ਅੰਗਰੇਜ਼ੀ ਸਾਹਿਤ ਵਿੱਚ ਦਿਲਚਸਪੀ ਲਵੇਗਾ ਤਾਂ ਉਹ ਆਪਣੀਆਂ ਦਾਦੀਆਂ ਨਾਨੀਆਂ ਦੀਆਂ ਬਾਤਾਂ, ਅਖਾਣਾਂ ਅਤੇ ਮੁਹਾਵਰਿਆਂ ਨੂੰ ਕਿਵੇਂ ਸਮਝੇਗਾ ਅਤੇ ਇਸ ਕਰਕੇ ਕਿ ਉਹ ਆਪਣੇ ਵਿਰਸੇ ਵਿੱਚ ਛੁਪੇ ਸੱਭਿਆਚਾਰ ਦੀ ਕੀਮਤ ਪ੍ਰਬੰਧ ਤੋਂ ਵੀ ਉਹ ਟੁੱਟ ਜਾਵੇਗਾ। ਅੱਗੇ ਦੇਖੋ ਟੁੱਟ ਚੁੱਕਾ ਸੰਯੁਕਤ ਸੱਭਿਆਚਾਰ। ਪਹਿਲਾਂ ਸਾਡਾ ਸੰਯੁਕਤ ਸੱਭਿਆਚਾਰ ਹੁੰਦਾ ਸੀਗਾ
ਜਿਵੇਂ ਪੰਜਾਬੀ ਸੱਭਿਆਚਾਰ ਵਿੱਚ ਇੱਕ ਸੰਯੁਕਤ ਸੱਭਿਆਚਾਰ ਸੀ ਜਿਸ ਵਿੱਚ ਹਿੰਦੂ ਮੁਸਲਿਮ ਸਿੱਖ ਈਸਾਈ ਜੈਨੀ ਬੋਧੀ ਸਭ ਆਪੋ ਆਪਣਾ ਹਿੱਸਾ ਪਾਉਂਦੇ ਸਨ ਪਰ ਆਜ਼ਾਦੀ ਸਮੇਂ ਦੇਸ਼ ਦੀ ਵੰਡ ਹੋਣ ਨਾਲ ਪੰਜਾਬ ਵੰਡਿਆ ਗਿਆ ਅਤੇ ਫਿਰ ਪੁਨਰ ਵੰਡ ਦੇ ਨਾਲ ਰਾਜਨੀਤਿਕ ਪੰਜਾਬ ਦਾ ਆਕਾਰ ਸੀ ਜਿਹੜਾ ਉਹ ਛੋਟਾ ਹੋ ਗਿਆ ਅਤੇ ਭਾਰਤੀ ਪੰਜਾਬ ਵਿੱਚ ਪੰਜਾਬੀ ਗੁਰਮੁਖੀ ਵਿੱਚ ਅਤੇ ਪਾਕਿਸਤਾਨੀ ਪੰਜਾਬ ਵਿੱਚ ਸ਼ਾਹਮੁਖੀ ਵਿੱਚ ਲਿਖੀ ਜਾਂਦੀ ਹੈ ਤਾਂ ਆਪਸੀ ਮੇਲ ਮਿਲਾਪ ਦੀ ਘਾਟ ਕਾਰਨ ਸਾਡਾ ਜਿਹੜਾ ਸੱਭਿਆਚਾਰ ਹੈ ਉਹ ਖੰਡਿਤ ਹੋ ਗਿਆ। ਅੱਗੇ ਦੇਖੋ ਜਾਤ ਪ੍ਰਬੰਧ ਅਤੇ ਕਿਸਾਨੀ ਜੀਵਨ। ਪੰਜਾਬੀ ਸਮਾਜ ਜਾਤ ਪ੍ਰਬੰਧ ਅਨੁਸਾਰ ਵੰਡਿਆ ਹੋਇਆ ਸੀ ਅਤੇ ਆਧੁਨਿਕੀਕਰਨ ਉਦਯੋਗੀਕਰਨ ਅਤੇ ਸ਼ਹਿਰੀਕਰਨ ਦੇ ਬਾਵਜੂਦ ਵੀ ਪੰਜਾਬ ਵਿੱਚੋਂ ਜਾਤ ਪਾਤ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਅਤੇ ਪੰਜਾਬ ਦੇ ਖੇਤੀ ਪ੍ਰਧਾਨ ਇਲਾਕਾ ਹੋਣ ਕਰਕੇ ਸਾਰਾ ਸੱਭਿਆਚਾਰ ਹੀ ਜਿਹੜਾ ਕਿਸਾਨੀ ਦੁਆਲੇ ਘੁੰਮਦਾ ਸੀ ਅਤੇ ਇਸ ਵਿੱਚ ਕਿਸਾਨ ਦੀ ਚੜ੍ਹਤ ਸੀ। ਬੀਤੇ ਕੁਝ ਸਮੇਂ ਵਿੱਚ ਕਿਸਾਨ ਦਾ ਜੀਵਨ ਪੱਧਰ ਤਾਂ ਉੱਚਾ ਨਹੀਂ ਹੋਇਆ ਪਰੰਤੂ ਪੰਜਾਬ ਵਿੱਚ ਪ੍ਰਚਲਿਤ ਫਿਲਮਾਂ ਅਤੇ ਗੀਤਾਂ ਵਿੱਚ ਜੱਟ ਸ਼ਬਦ ਦੀ ਵਰਤੋਂ ਬਹੁਤ ਵੱਧ ਗਈ ਅਤੇ ਉਸ ਵਿੱਚ ਉਸਨੂੰ ਮਿਹਨਤੀ ਦੀ ਥਾਂ 'ਤੇ ਹਿੰਸਕ ਅਤੇ ਸ਼ਰਾਬੀ ਦੇ ਰੂਪ ਵਿੱਚ ਚਿਤਾਰਿਆ ਜਾਣ ਲੱਗਾ। ਇਸ ਪ੍ਰਕਾਰ ਜਿਹੜੀਆਂ ਕਿਸਾਨ ਦੀਆਂ ਸਮੱਸਿਆਵਾਂ ਨੂੰ ਸੰਜੀਦਗੀ ਨਾਲ ਪੇਸ਼ ਕਰਨ ਦੀ ਥਾਂ ਹੈਂਕੜ ਅਤੇ ਫੁਕਰੇਪਨ ਦਾ ਜਿਹੜਾ ਪ੍ਰਗਟਾਵਾ ਹੈ ਉਹ ਜ਼ਿਆਦਾ ਵੱਧ ਗਿਆ ਫਿਲਮਾਂ ਦੇ ਵਿੱਚ ਕਿਉਂਕਿ ਮਤਲਬ ਜੱਟ ਸ਼ਬਦ ਦੇ ਨਾਲ ਨਾਲ ਉਹਨਾਂ ਨੂੰ ਕਿਹੋ ਜਿਹੇ ਹੈਂਕੜ ਵਾਲੇ ਦਿਖਾਇਆ ਜਾਂਦਾ। ਇਸ ਕਰਕੇ ਕੀ ਹੈਗਾ ਜਿਹੜਾ ਕਿਸਾਨੀ ਜੀਵਨ ਆ ਉਹ ਫੁਕਰੇਪਨ ਦਾ ਪ੍ਰਗਟਾਵਾ ਹੀ ਵੱਧਦਾ ਲੋਕਾਂ ਦੇ ਵਿੱਚ ਕਿਸਾਨੀ ਜੀਵਨ ਦੇ ਵਿੱਚ। ਅਤੇ ਕੁਝ ਹੋਰ ਤਬਦੀਲੀਆਂ ਦੇਖੋ ਜਿਹੜੀਆਂ ਆਈਆਂ ਬੀਤੇ ਸਮੇਂ ਵਿੱਚ ਪੰਜਾਬੀ ਜੀਵਨ ਵਿੱਚ ਹੋਰ ਬਹੁਤ ਵੱਡੀਆਂ ਤਬਦੀਲੀਆਂ ਆਈਆਂ। ਇੱਕ ਤਾਂ ਪਿੰਡਾਂ ਦੀ ਬਜਾਏ ਸ਼ਹਿਰਾਂ ਵਿੱਚ ਜਾ ਕੇ ਵਸਣ ਦਾ ਰੁਝਾਨ ਵਧਿਆ ਅਤੇ ਦੂਜੇ ਵੱਡੇ ਸਾਂਝੇ ਪਰਿਵਾਰਾਂ ਦੀ ਥਾਂ ਛੋਟੇ ਜੋੜਾ ਪਰਿਵਾਰ ਹੈ ਜਿਹੜੇ ਉਹ ਵੱਧ ਰਹੇ ਆ। ਅਤੇ ਫਿਰ ਹੁਣ ਸਾਡੇ ਕੀ ਫਰਜ਼ ਬਣਦੇ ਆਪਣੇ ਦੇਸ਼ ਦੇ ਪ੍ਰਤੀ ਅਤੇ ਆਪਦੇ ਸੱਭਿਆਚਾਰ ਦੇ ਪ੍ਰਤੀ ਉਹ ਦੇਖੋ। ਹਰ ਪੰਜਾਬੀ ਨੂੰ ਆਪਣੇ ਸੱਭਿਆਚਾਰ ਉੱਤੇ ਅਭਿਮਾਨ ਨਹੀਂ ਸਗੋਂ ਮਾਣ ਕਰਨਾ ਚਾਹੀਦਾ। ਸਾਨੂੰ ਬਹੁਤ ਕੁਝ ਛੱਡਣਾ ਚਾਹੀਦਾ ਜਿਵੇਂ ਕੁੜੀਆਂ ਨੂੰ ਮਾਰਨਾ ਅਤੇ ਬਹੁਤ ਕੁਝ ਰੱਖਣਾ ਚਾਹੀਦਾ ਜਿਵੇਂ ਬਜ਼ੁਰਗਾਂ ਦੀ ਸੰਭਾਲ। ਬਹੁਤ ਕੁਝ ਸਾਡੇ ਕੋਲ ਹੈ ਜਿਵੇਂ ਕਿਰਤ ਕਰਨਾ ਵੰਡ ਛਕਣਾ ਅਤੇ ਸਬਰ ਸੰਦੋਖ ਵਾਲਾ ਜੀਵਨ ਗੁਜ਼ਾਰਨਾ। ਸੱਭਿਆਚਾਰ ਕੋਈ ਜੜ ਵਰਤਾਰਾ ਨਹੀਂ ਸਗੋਂ ਇੱਕ ਜਿਉਂਦੀ ਜਾਗਦੀ ਜੀਵਨ ਜਾਂਚ ਹੈ। ਇਸ ਨੂੰ ਨਿੱਤ ਨਵਿਆਉਣ ਦੀ ਲੋੜ ਹੈ। ਇਸ ਕਰਕੇ ਸਾਨੂੰ ਚੇਤੰਨ ਹੋ ਕੇ ਨਵੀਆਂ ਸਿਹਤਮੰਦ ਪਰੰਪਰਾਵਾਂ ਵਿਕਸਿਤ ਕਰਨੀਆਂ ਚਾਹੀਦੀਆਂ ਤਾਂ ਜੋ ਜਿਹੜਾ ਸਾਡਾ ਸੱਭਿਆਚਾਰ ਹੈ ਉਹ ਜੀਵਿਤ ਰਹਿ ਸਕੇ। ਇਸ ਵੀਡੀਓ ਦੇ ਰਾਹੀਂ ਮੈਂ ਤੁਹਾਨੂੰ ਪੰਜਾਬੀ ਸੱਭਿਆਚਾਰ ਦੇ ਵਿੱਚ ਜੋ ਜੋ ਪਰਿਵਰਤਨ ਆਏ ਉਸ ਦੇ ਬਾਰੇ ਤੁਹਾਨੂੰ ਮੈਂ ਪੂਰੀ ਪੂਰੀ ਜਾਣਕਾਰੀ ਦਿੱਤੀ ਹੈ। ਵੀਡੀਓ ਨੂੰ ਧਿਆਨ ਨਾਲ ਦੇਖੋ ਅਤੇ ਯਾਦ ਕਰੋ ਅਤੇ ਜੇ ਮੇਰੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ।